ਬੀਤੇ ਦਿਨੀ ਪਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਫੌਜੀ ਗਗਨਦੀਪ ਸਿੰਘ ਦੀ ਲਾਸ਼ ਪਾਖੜਾ ਨਹਿਰ ਵਿੱਚੋਂ ਮਿਲਣ ਦੇ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਮ੍ਰਿਤਕ ਫੌਜੀ ਦੇ ਪਿਤਾ ਦੇ ਬਿਆਨਾਂ ਦੇ ਮ੍ਰਿਤਕ ਫੌਜੀ ਦੀ ਪਤਨੀ ਮਨਪ੍ਰੀਤ ਕੌਰ ਸਮੇਤ ਸਹੁਰਾ ਪਰਿਵਾਰ ਅਤੇ 6 ਮੈਂਬਰਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਅਤੇ ਪੁਲਿਸ ਵੱਲੋਂ ਮ੍ਰਿਤਕ ਫੌਜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਗਿਆ ਬੀਤੇ ਦਿਨ ਰੋਪੜ ਦੇ ਮਾਜ਼ਰੀ ਨਜ਼ਦੀਕ ਪਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੇ ਫੌਜੀ ਗਗਨਦੀਪ ਸਿੰਘ ਦੀ ਲਾਸ਼ ਪੁਲਿਸ ਨੂੰ ਰੂਪਨਗਰ ਦੇ ਨਜ਼ਦੀਕ ਰੰਗੀਲਪੁਰ ਦੇ ਉੱਚੇ ਪੁਲ ਅਤੇ ਥੱਲਿਓ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਬਹਾਦਰ ਸਿੰਘ ਦੇ ਬਿਆਨਾਂ ਦੇ ਉੱਤੇ ਫੌਜੀ ਦੀ ਪਤਨੀ ਮਨਪ੍ਰੀਤ ਕੌਰ ਸੱਸ ਸਹੁਰਾ ਨਨਦ ਮਾਮੇ ਅਤੇ ਨਾਨੇ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਪੁਲਿਸ ਵੱਲੋਂ ਜਾਰੀ ਕੀਤੀ ਗਈ ਅਪਰਾਧ ਸੂਚੀ ਦੇ ਅਨੁਸਾਰ ਫੌਜੀ ਗਗਨਦੀਪ ਸਿੰਘ ਵਾਸੀ ਪਿੰਡ ਗੜੀ ਜ਼ਿਲ੍ਹਾ ਰੂਪਨਗਰ ਦਾ ਵਿਆਹ 3 ਨਵੰਬਰ 2020 ਨੂੰ ਜ਼ਿਲ੍ਹਾ ਰੂਪਨਗਰ ਦੇ ਪਿੰਡ ਸਮਰਾਲਾ ਦੀ ਲੜਕੀ ਮਨਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਕੌਰ ਦੇ ਨਾਲ ਹੋਇਆ ਸੀ ਡਿਊਟੀ ਜਾਣ ਤੋਂ ਬਾਅਦ ਫੌਜੀ ਗਗਨਦੀਪ ਸਿੰਘ 20 ਮਈ 2021 ਨੂੰ ਛੁੱਟੀ ਆਇਆ ਸੀ ਅਤੇ ਇਸ ਤੋਂ ਬਾਅਦ ਮਨਪ੍ਰੀਤ ਕੌਰ ਆਪਣੇ ਪਤੀ ਗਗਨਦੀਪ ਸਿੰਘ ਦੇ ਨਾਲ ਲੜ ਕੇ ਪੇਕੇ ਚਲੇ ਗਈ ਸੀ ਪਰੰਤੂ ਗਗਨਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਮਨਪ੍ਰੀਤ ਨੂੰ ਮਨਾ ਕੇ ਘਰੇ ਵਾਪਸ ਚਲੇ ਆਏ ਇਸ ਤੋਂ ਬਾਅਦ ਦੁਬਾਰਾ ਮਨਪ੍ਰੀਤ ਕੌਰ ਦੀ ਮਾਤਾ ਵੱਲੋਂ ਬਿਮਾਰੀ ਦਾ ਕਹਿ ਕੇ ਮਨਪ੍ਰੀਤ ਕੌਰ ਨੂੰ ਵਾਪਸ ਸਮਰਾਲੇ ਬੁਲਾਇਆ ਗਿਆ ਜਦੋਂ ਗਗਨਦੀਪ ਸਿੰਘ ਆਪਣੀ ਪਤਨੀ ਨੂੰ ਮੁੜ ਸਮਰਾਲੇ ਤੋਂ ਛੱਡਣ ਗਿਆ ਸੀ ਤਾਂ ਉਸ ਨੂੰ ਸਹੁਰਾ ਪਰਿਵਾਰ ਅਤੇ ਪਤਨੀ ਵੱਲੋਂ ਕਾਫ਼ੀ ਜ਼ਲੀਲ ਕੀਤਾ ਗਿਆ ਜਿਸ ਤੋਂ ਬਾਅਦ ਗਗਨਦੀਪ ਸਿੰਘ ਨੇ ਰੋਪੜ ਦੇ ਨਜ਼ਦੀਕ ਲੰਘਦੀ ਪਾਖੜਾ ਨਹਿਰ ਦੇ ਕਿਨਾਰੇ 'ਤੇ ਆਪਣਾ ਬੁਲਟ ਮੋਟਰਸਾਈਕਲ ਖੜ੍ਹਾ ਕਰਕੇ ਉਸ ਉੱਤੇ ਸੁਸਾਈਡ ਨੋਟ ਰੱਖ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਖੁਦਕੁਸ਼ੀ ਕਰ ਲਈ ਭਈਆ ਕੀ ਨਾਮ ਹੈ ਰਾਜੂ ਅੱਛਾ ਕਿਆ ਘਟਨਾ ਹੋਈ ਕੱਲ ਯਹਾਂ ਕਿਤਨੇ ਵਜੇ ਹੋਈ ਥੀ ਇਹ ਕੋਈ ਪੌਣੇ 2:30 ਕੇ ਵਿੱਚ ਹੋ ਗਈ ਅੱਛਾ ਕੀ ਕੀ ਹੁਆ ਥਾ ਯਹਾਂ ਪੇ ਇਹ ਮਾਸੀ ਕੁਲਚੇ ਬਣਾ ਰਹੇ ਤੇ ਗ੍ਰਾਹਕ ਖੜੇ ਤੇ ਬਹੁਤ ਤੋ ਇਧਰ ਦਾ ਪੜ ਗਿਆ ਕਿ ਮੁੰਜੇ ਛਾਲ ਮਾਰ ਦੀ ਅਸੀਂ ਵੀ ਬਚ ਕੇ ਗਏ ਵਾਂ ਤੱਕ ਹਾਂ ਹਾਂ ਦੇਖਨੇ ਬਸ ਸੀ ਅੱਛਾ ਚਲੇ ਆ ਫਿਰ ਤਬ ਤੱਕ ਖੜ ਗਿਆ ਅਗੇ ਹਾਂ ਤਬ ਤੱਕ ਚਲ ਗਿਆ ਅੱਛਾ ਤੋ ਯਹਾਂ ਜੋ ਕੀ ਕੀ ਸਮਾਨ ਕੀ ਮਿਲਾ ਉਸਕਾ ਪੁਲਿਸ ਆਈ ਜੀ ਅਬ ਸਮਾਨ ਖੜਾ ਕਰ ਗਿਆ ਇੱਕ ਪਰਸ ਪੜੀ ਸੀ ਉਹ ਗਾੜੀ ਪਰ ਮੋਟਰਸਾਈਕਲ ਪਰ ਔਰ ਇੱਕ ਪਰਚਾ ਬਸ ਉਹ ਪਰਚਾ ਕਿਨਕੇ ਖਿਲਾਫ ਲਿਖਾ ਤਾ ਉਸਨੇ ਉਸ ਮੇ ਲਿਖਾ ਹੋਗਾ ਤੋ ਉਹ ਪੁਲਿਸ ਵਾਲੇ ਪੜਾ ਹੋਗਾ ਮੈਂ ਸਾਨੂੰ ਕੀ ਪਤਾ ਕੀ ਲਿਖਾ ਚਾਹੇ ਮੋਟਰਸਾਈਕਲ ਵੀ ਥਾ ਵਾ ਹਾਂ ਬੋਲਟ ਗਾੜੀ ਸੀ